गांव जब्बोवाल में चली गोली। गोली चलाने वाला मौके से फरार। जंडियाला गुरु के अंतर्गत पड़ते गांव जब्बोवाल में एक अर्शदीप नामक युवक ने गोली चला दी। अर्शदीप एक महिला को मैसेज करता था और जब महिला के परिवार वाले अर्शदीप के घर मैसेज करने का कारण पूछने गए तो अर्शदीप ने गोली चला दी। महिला के पारिवारिक सदस्यों ने मौके पर ही उसका रिवॉल्वर छीन लिया, मगर अर्शदीप मौके से फरार हो गया। पुलिस ने मामला दर्ज कर आगामी कार्रवाई शुरू कर दी है। ਭਾਜੀ ਇਹ ਮੇਰੀ ਦਰਾਣੀ ਹੈ ਅਤੇ ਮੈਂ ਆਪਣੇ ਘਰ ਵਾਲੇ ਨੂੰ ਛਡਾਉਂਦੀ ਹਾਂ ਅਤੇ ਉਹਨਾਂ ਦੋ ਮੁੰਡੇ ਨੇ ਸਾਡੇ ਇਹਦੇ ਢਿੱਡ ਦੇ ਵਿੱਚ ਕੜਾ ਮਾਰ ਕੇ ਅਤੇ ਇਹਨੂੰ ਸੈੱਟ ਕਰਤਾ ਅਤੇ ਮੇਰੇ ਗਲੋਂ ਫੜਿਆ ਨਾਲ ਚਪੇੜਾਂ ਮਾਰੀਆਂ ਮੇਰੇ ਮੂੰਹ 'ਤੇ। ਫੌਜੀ ਹੈ ਮੁੰਡਾ ਅਰਸ਼ਪ੍ਰੀਤ ਸਿੰਘ। ਹਾਂਜੀ ਅਰਸ਼ਪ੍ਰੀਤ ਸਿੰਘ ਨੇ ਕੀਤੀ ਹੈ। ਅਰਸ਼ਪ੍ਰੀਤ ਸਿੰਘ ਨੇ ਬੁਰੀ ਹਾਲਤ ਕੀਤੀ। ਹਾਂਜੀ ਹਾਂਜੀ ਉਹਨੇ ਕੀਤੀ ਫੌਜੀ ਨੇ। ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ? ਫੌਜੀ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮਾਮਲਾ ਸਾਹਮਣੇ ਆਇਆ ਸੀ ਜੱਬੂਵਾਲ ਪਿੰਡ ਤੋਂ ਗੋਲੀ ਚੱਲਣ ਦਾ। ਹਾਂਜੀ 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 ਉਹਦੇ ਵਿੱਚ ਦੋਸ਼ੀਆਂ ਖਿਲਾਫ਼ ਕੀ ਕਾਰਵਾਈ ਕੀਤੀ ਗਈ? ਉਹਦੇ ਵਿੱਚ ਇਹ ਜੀ ਕੋਈ ਗਲਤ ਮੈਸੇਜ ਕੀਤਾ ਹੈ ਫੌਜੀ ਨੇ, ਜਿਹਦਾ ਕਰਕੇ ਉਹਨਾਂ ਦਾ ਆਪਸੀ ਤਕਰਾਰ ਹੋ ਗਿਆ। ਆਪਸੀ ਤਕਰਾਰ ਹੋਣ ਕਾਰਨ ਜਿਹੜਾ ਵਾ ਉਹਨੇ ਉਹਦਾ ਕੋਈ ਮਾਸੀ ਦਾ ਮੁੰਡਾ ਆਇਆ, ਜਦੋਂ ਕੋਈ ਦੇਸੀ ਪਿਸਤੌਲ ਹੀ ਉਹਦੇ ਨਾਲ ਗੋਲੀ ਚੱਲ ਗਈ ਆ। ਮਾਮਲਾ ਦਰਜ ਕਰਤਾ। ਕਿਹੜੀ ਕਿਹੜੀ ਧਾਰਾ ਲਾਈ ਗਈ? ਧਾਰਾ 307, 452, 148, 149, 25, 54। ठीक है। हाँ जी।